ਤੁਰਦਾ ਫਿਰਦਾ, ਵਿਚਾਰ ਚਰਚਾ ਇਹਦੇ ਨਾਲ ਸਾਂਝੀ ਕਰਨੀ ਆ। ਵਿਚਾਰ ਚਰਚਾ ਕੀ ਆ, ਕਿਉਂਕਿ ਦੇਖੋ ਇਹ ਜਿਹੜੀ ਵਿਚਾਰ ਚਰਚਾ ਕਰਨੀ ਬੜੀ ਜ਼ਰੂਰੀ ਆ। ਹੁਣ ਪੰਜਾਬ ਦੇ ਲਈ, ਪੰਜਾਬ ਕੀ ਪੂਰੇ ਭਾਰਤ ਦੇ ਲਈ ਬਹੁਤ ਵੱਡਾ ਮੁੱਦਾ ਕਿ ਵੋਟਾਂ ਆ ਗਈਆਂ, ਹੈ ਨਾ। ਇਹ ਵੋਟਾਂ ਆ ਗਈਆਂ, ਇਹ ਵੋਟਾਂ ਦੇ ਵਿੱਚੋਂ ਹੀ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਨਿਕਲਣੇ ਆ, ਲੋਕਾਂ ਨੂੰ ਕੁੱਟਣ ਵਾਲੇ ਹੀ ਨਿਕਲਣਾ, ਕੁੱਟਣੇ ਮਾਰਨ ਵਾਲੇ, ਲੋਕਾਂ ਦੇ ਪੈਸੇ ਖਾਣ ਵਾਲੇ ਵੀ ਇਹ ਵੋਟਾਂ ਦੇ ਵਿੱਚੋਂ ਹੀ ਬੰਦੇ ਨਿਕਲਣੇ ਆ। ਸੰਤੋਖ, ਇੱਧਰਲੇ ਤੇਰੇ ਇਲਾਕੇ ਦੇ ਵਿੱਚ ਅਸੀਂ ਅੱਜ ਆਏ ਹਾਂ, ਤੂੰ ਤੇਰੇ ਇਲਾਕੇ ਦਾ ਅਤੇ ਤੇਰੇ ਪਿੰਡ ਦਾ ਸਮਾਚਾਰ ਦੱਸ ਵੀ ਇੱਧਰ ਕੀ ਮਾਹੌਲ ਆ, ਇੱਧਰ ਵੋਟਾਂ ਦਾ ਕੀ ਮਾਹੌਲ ਆ? ਹੋਰਾਂ ਪਿੰਡਾਂ ਦਾ ਨਹੀਂ ਮੈਨੂੰ ਪਤਾ, ਮੇਰੇ ਪਿੰਡ ਨੇ ਸਾਰੇ ਨੇ ਰਲ ਕੇ ਵਿਰੋਧ ਕਰਤਾ, ਸਾਰੇ ਪਾਰਟੀਆਂ ਦਾ, ਕਾਂਗਰਸ, ਅਕਾਲੀ, ਸਭ ਦਾ, ਟੋਟਲ ਦਾ, ਭਾਵੇਂ ਕੋਈ ਆਜ਼ਾਦ ਹੈ, ਸਭ ਦਾ ਵਿਰੋਧ ਕਰਤਾ, ਸਭ ਦਾ ਬਾਈਕਾਟ, ਬਾਈਕਾਟ। ਤੁਸੀਂ ਆਪਦੇ ਪਿੰਡ ਦੇ ਵਿੱਚ ਵੋਟ ਹੀ ਨਹੀਂ ਪਾਉਣੀ, ਕਿਸੇ ਨੂੰ ਵੀ ਨਹੀਂ ਪਾਉਣੀ, ਕਿਸੇ ਨੂੰ ਵੋਟ ਵੀ ਨਹੀਂ ਪਾਉਣੀ? ਹਾਂ, ਤੁਹਾਡੇ ਪਿੰਡ 'ਚ ਵੋਟ ਕਿੰਨੀ ਕੁ ਹੈ? 1500 ਹੈ। 1500 ਵੋਟ ਹੈ, ਕਿਉਂ ਵਿਰੋਧ, ਬਾਈਕਾਟ ਕਿਉਂ ਕੀਤਾ? ਸਾਡੇ ਪਾਣੀ ਦੀ ਸਮੱਸਿਆ ਸੀ, ਨਹਿਰੀ ਪਾਣੀ ਦੀ, ਤੁਹਾਡੇ ਨਹਿਰੀ ਪਾਣੀ ਦੀ, ਨਹਿਰੀ ਪਾਣੀ ਦੀ ਸਮੱਸਿਆ ਟੇਲ 'ਤੇ ਪੈਂਦਾ ਪਾਣੀ। ਪਹਿਲਾਂ ਬਾਦਲ ਕਹਿੰਦੀ ਸਰਕਾਰ ਸੀ, ਉਹਨਾਂ ਤੋਂ ਹੱਲ ਨਹੀਂ ਹੋਇਆ, ਫਿਰ ਕਾਂਗਰਸ ਤੋਂ ਵੀ ਨਹੀਂ ਹੱਲ ਹੋਇਆ। ਝਾੜੂ ਵਾਲੇ ਤਾਂ ਕਹਿੰਦੇ ਸੀ ਕਿ ਅਸੀਂ ਵੀ ਕੋਨੇ ਕੋਲ ਅਸੀਂ ਜਮ੍ਹਾਂ ਉੱਥੇ ਪਾਣੀ ਪਹੁੰਚਾਤਾ, ਵੀ ਥਾਂ ਥਾਂ 'ਤੇ ਪਾਣੀ ਪਹੁੰਚਾ, ਉਹ ਤਾਂ ਕਹਿਣੇ ਹੀ ਅਗਲੇ ਨੇ। ਇਹ ਬਹੁਤ ਅੱਛਾ, ਉਹਨਾਂ ਨੇ ਤਾਂ ਬਹੁਤ ਵੱਡਾ ਇਸ ਚੀਜ਼ 'ਤੇ ਜ਼ੋਰ ਦਿੱਤਾ ਨਹਿਰੀ ਪਾਣੀ 'ਤੇ, ਕਿ ਅਸੀਂ ਭਗਵੰਤ ਮਾਨ ਰੋਜ਼ ਇਹ ਗੱਲ ਕਹਿੰਦਾ ਵੀ ਅਸੀਂ ਜਿਹੜਾ ਨਹਿਰੀ ਪਾਣੀ ਆ ਉਹ ਅਸੀਂ ਕੋਨੇ ਸਾਰੇ ਪੰਜਾਬ ਦੇ ਵਿੱਚ ਟੇਲਾਂ ਤੋਂ ਸਾਡਾ ਸਾਰੇ ਥਾਂ 'ਤੇ ਪਾਣੀ ਪਹੁੰਚਾਤਾ, ਫਿਰ ਤੁਹਾਡੇ ਪਿੰਡ 'ਚ ਕਿਉਂ ਨਹੀਂ ਪਾਣੀ ਪਹੁੰਚਿਆ? ਜੇ ਪਹੁੰਚਿਆ ਤਾਂ ਸਾਨੂੰ ਲੋੜ ਨਹੀਂ ਸੀ ਵੈਸੇ ਵਿਰੋਧ ਕਰਨ ਦੀ, ਬਾਈਕਾਟ ਕਰਨ ਦੀ। ਫਿਰ ਅਸੀਂ ਜੇ ਸਾਡਾ ਇਹ ਹੱਲ ਕਰ ਦਿੰਦੇ, ਅਸੀਂ ਸਾਰਾ ਪਿੰਡ ਇਹਨਾਂ ਨੂੰ ਪਾ ਦਿੰਦੇ, ਝਾੜੂ ਵਾਲਿਆਂ ਨੂੰ। ਇਹ ਵੀ ਗੱਲ ਹੈ ਵੀ ਜੇ ਕਰ ਦਿੰਦੇ ਸਾਡਾ ਹੱਲ। ਅੱਛਾ, ਗੱਲ ਇੱਕ ਗੱਲ ਤੁਸੀਂ ਦੇਖੋ, ਪਹਿਲੀ ਗੱਲ ਦਾ ਜਿਹੜਾ ਤੁਹਾਡਾ ਉਹਨਾਂ ਨੇ ਮਸਲਾ ਹੱਲ ਕਰ ਵੀ ਦਿੱਤਾ, ਕਰਿਆ ਨਹੀਂ? ਇੱਕ ਮਿੰਟ, ਜੇ ਤੁਹਾਡਾ ਕਰ ਵੀ ਦਿੰਦੇ, ਕਿਸੇ ਵੀ ਸਰਕਾਰ ਕੋਈ ਵੀ ਪਾਰਟੀ ਤੁਹਾਡਾ ਮਸਲਾ ਇਹ ਹੱਲ ਕਰਦੇ, ਤਾਂ ਤੁਹਾਡੀ ਇਹ ਸੋਚ ਨਹੀਂ ਹੋਣੀ ਚਾਹੀਦੀ ਕਿ ਅਸੀਂ ਵੋਟਾਂ ਇਹਨਾਂ ਨੂੰ ਹੀ ਪੱਕੀਆਂ ਪਾਉਣੀਆਂ ਨੇ। ਤੁਸੀਂ ਇਹ ਚੀਜ਼ ਨਹੀਂ ਹੈਗੀ ਕਿ ਇੱਕ ਸਵਾਰਥ ਖਾਤਰ ਹੋਰ ਤੁਹਾਡੇ ਕਿੰਨੇ ਕੰਮ ਨੇ, ਹੋਰ ਤੁਹਾਡੀਆਂ ਕਿੰਨੀਆਂ ਜਿਹੜੀਆਂ ਮੰਗਾਂ ਨੇ, ਕਿੰਨਾ 'ਤੇ ਪਹਿਰਾ ਦੇ ਰਹੀ ਆ? ਪੂਰਾ ਪੰਜਾਬ ਨੂੰ ਦੇਖਣਾ ਵੀ ਪੂਰੇ ਪੰਜਾਬ ਨੂੰ ਕਿਹੜੀ ਪਾਰਟੀ, ਕੌਣ ਅੱਗੇ, ਕਿਹੜਾ ਬੰਦਾ ਅੱਗੇ ਲੈ ਕੇ ਜਾ ਰਿਹਾ। ਇੱਕ ਤਾਂ ਤੇਰੇ ਅੱਗੇ ਗੱਲ ਇਹ ਹੈ, ਇੱਕ ਮੁੱਦੇ ਪਿੱਛੇ ਲੱਗ ਕੇ ਜਾਂ ਇੱਕ ਮੁੱਦਾ ਹੱਲ ਹੋਣ ਨਾਲ ਸਾਡੇ 50 ਮੁੱਦੇ ਹੋਰ ਵੀ ਨੇਗੇ ਨਾ, ਵੀ ਉਹਨਾਂ 'ਤੇ ਪਹਿਰਾ ਕੌਣ ਦੇ ਰਿਹਾ? ਅਸੀਂ ਜੇਕਰ ਕਿਸੇ ਬੰਦੇ ਨੂੰ ਆਟਾ ਦਾਲ ਦਿੱਤਾ ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ, ਸਾਨੂੰ ਆਟਾ ਦਾਲ ਦੀ ਸਕੀਮ ਇਹਨਾਂ ਨੇ ਦਿੱਤੀ ਅਤੇ ਅਸੀਂ ਉਹਨਾਂ ਨੂੰ ਵੋਟਾਂ ਉਹਨਾਂ ਨੂੰ ਪਾ ਦਈਏ। ਮੁੱਦੇ ਹੋਰ ਕਿੰਨੇ ਖੜੇ ਨੇ, ਹੋਰ ਰੁਜ਼ਗਾਰ ਦਾ ਮੁੱਦਾ ਖੜਾ, ਜਵਾਨੀ ਦਾ ਮੁੱਦਾ ਖੜਾ, ਕਿ ਨਸ਼ਿਆਂ ਦਾ ਮੁੱਦਾ ਖੜਾ, ਉਹਨਾਂ ਨੂੰ ਵੀ ਅਸੀਂ ਵਿਚਾਰਨਾ। ਪਰ ਹੁਣ ਆਇਆ ਤੇਰੇ ਪਿੰਡ 'ਤੇ, ਤੇਰੇ ਪਿੰਡ ਨੇ ਬਾਈਕਾਟ ਕਰਤਾ, ਤੇਰਾ ਪਿੰਡ ਕਹਿੰਦਾ ਅਸੀਂ ਕਿਸੇ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ। ਤੇਰੇ ਪਿੰਡ, ਤੈਨੂੰ ਪਤਾ ਵੀ ਬਠਿੰਡੇ ਦੇ ਵਿੱਚ ਕਿੰਨੇ ਪਿੰਡ ਨੇ? ਬਠਿੰਡੇ ਦੇ, ਬਠਿੰਡਾ ਮਾਨਸਾ ਦੇ ਵਿੱਚ ਜਿਹੜੀ ਲੋਕ ਸਭਾ ਸੀਟ ਹੈ ਇਹਦੇ ਵਿੱਚ 600 ਪਿੰਡ ਹੈ। ਜੇ ਤੇਰੇ ਪਿੰਡ ਨੇ ਬਾਈਕਾਟ ਕਰਤਾ, ਫਰਜ਼ ਕਰ ਸਾਰੇ ਪੰਜਾਬ ਦਾ 600 ਪਿੰਡ ਵੀ ਬਾਈਕਾਟ ਕਰਦੇ ਤਾਂ ਸ਼ਹਿਰਾਂ ਦੇ ਵਿੱਚ ਵੋਟ ਨਹੀਂ ਪਾਉਣਗੇ? ਤੇਰੇ ਪਿੰਡ ਨੇ ਬਾਈਕਾਟ ਕਰਤਾ ਜਾਂ ਫਰਜ਼ ਕਰ ਸਾਰੇ ਪਿੰਡ ਵੀ ਬਾਈਕਾਟ ਕਰ ਦੇਣ, ਮੈਨੂੰ ਲੱਗਦਾ ਬਠਿੰਡੇ ਦੇ ਵਿੱਚ 15-16 ਲੱਖ ਵੋਟ ਹੋਣੀ ਆ। ਜਿਹੜੀ ਵੋਟ ਆ 15-16 ਲੱਖ, ਸੁਣੋ ਨੇ, ਜੇ 1 ਲੱਖ ਵੋਟ ਪਊ ਤਾਂ ਵੀ ਤਾਂ MP ਇੱਥੋਂ ਚੁਣਿਆ ਜਾਊ। ਮੇਰਾ ਕਹਿਣ ਦਾ ਭਾਵ ਇਹ ਆ, ਮੈਂ ਅਸਲ ਦੇ ਵਿੱਚ ਇਹ ਗੱਲ ਕਹਿਣਾ, ਚਾਹੇ ਤੁਸੀਂ ਬਿਲਕੁਲ ਬਾਈਕਾਟ ਕਰ ਦਿਓ, 1984 ਵੇਲੇ ਵੀ ਕਰਿਆ, 90 ਵੇਲੇ ਵੀ ਕਰਿਆ, ਤੁਹਾਡੇ ਲੋਕਾਂ ਦਾ ਇਹ ਜਾਇਜ਼ ਗੁੱਸਾ, ਬਹੁਤ ਚੰਗੀ ਗੱਲ ਆ, ਤੁਹਾਡੇ ਲੋਕਾਂ ਨੂੰ ਇਹ ਕੱਢਣਾ ਚਾਹੀਦੀ ਆ ਅਪਰਾਧ। ਬਾਹਰ ਇੱਕ ਗੱਲ ਜ਼ਰੂਰ ਰੱਖੀ ਕਿ ਸਾਨੂੰ ਇੱਕ ਚੀਜ਼ ਜ਼ਰੂਰ ਕਰਨੀ ਚਾਹੀਦੀ, ਜਿਹੜੀ ਸਾਨੂੰ, ਮੇਰਾ ਮੰਨਣਾ ਇਹ ਆ ਕਿ ਇੱਕ ਤਾਂ ਦੇਖੋ ਜਿਹੜੀ ਸਾਡੀ ਬਹੁਤ ਚੰਗੀ ਗੱਲ ਆ ਕਿ ਪਿੰਡ ਦੇ ਵਿੱਚ ਏਕਤਾ ਵੀ ਤੁਹਾਡੇ ਦੇ ਵਿੱਚ ਹੋਣੀ ਆ, ਠੀਕ ਆ, ਏਕਤਾ ਦਾ ਵੀ ਇਹ ਸਬੂਤ ਦੇ ਰਿਹਾ ਬਾਈਕਾਟ, ਠੀਕ ਆ ਨਾ ਗੱਲ। ਅਗਲੀ ਗੱਲ ਇਹ ਆ ਕਿ ਅਸੀਂ ਜਿਹੜੀਆਂ ਪਾਰਟੀਆਂ ਨੂੰ, ਜਿਹਨਾਂ ਨੂੰ ਅਸੀਂ ਵਰਤ ਕੇ ਦੇਖ ਲਿਆ, ਉਹਨਾਂ ਦਾ ਬਾਈਕਾਟ ਕਰੀਏ, ਅਸੀਂ ਆਪਣਾ ਕਿਸੇ ਨਾ ਕਿਸੇ ਬੰਦੇ ਨੂੰ ਨਵੇਂ ਨੂੰ ਮੌਕਾ ਦਈਏ, ਠੀਕ ਹੈ, ਜੋ ਸਾਡਾ ਵਿਕਾਸ ਪੰਜਾਬ ਦਾ ਉਸ ਸਮੇਂ ਹੋਊਗਾ, ਸਾਡੇ ਲੋਕਾਂ ਦਾ ਆਧਾਰ ਉਸ ਸਮੇਂ ਹੋਊਗਾ ਜਦੋਂ ਇਹ 5 ਸਾਲਾਂ ਤੋਂ ਬਾਅਦ ਲੀਡਰ ਬਦਲਣਾ ਸਿੱਖ ਜਾਣਗੇ। ਸਾਡੇ ਲੋਕਾਂ ਦਾ ਕੀ ਆ, 5 ਵਾਰੀ ਮੁੱਖ ਮੰਤਰੀ ਬਣਾਤਾ, 10 ਵਾਰੀ MLA ਬਣਾਤਾ, 15 ਵਾਰੀ MLA ਬਣਾਤਾ, ਵਾਰ ਵਾਰ ਉਹਨਾਂ ਲੋਕਾਂ ਨੂੰ ਹੀ ਚੁਣੇ ਜਾਂਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਸੁੱਟਿਆ, ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ, ਪਰਚੇ ਦਰਜ ਕਰਾਏ, ਉਹਨਾਂ ਨੂੰ ਹੀ ਚੁਣ ਲੈਂਦੇ ਨੇ। ਬਾਈਕਾਟ ਕਰਨ ਦੇ ਨਾਲ ਇੱਕ ਤਾਂ ਮਸਲਾ ਇਹ ਆ
ਤੇ ਇੱਕ ਜਿਹੜਾ ਤੁਹਾਡਾ ਵਾਈ ਕਾਰਡ ਕਰਨ ਦਾ ਮਸਲਾ ਕਿ ਤੁਹਾਡੇ ਪਿੰਡ 'ਚ ਏਕਤਾ ਦਾ ਵੀ ਸਬੂਤ ਹੈ। ਪਰ ਅਸੀਂ 1984 ਵੇਲੇ ਤਾਂ ਉਦੋਂ ਵਾਈ ਕਾਰਡ ਕੀਤਾ ਸੀਗਾ, ਸਰਕਾਰ ਕਾਂਗਰਸ ਦੀ ਬਣੀ, 20% ਵੋਟਾਂ ਪਈਆਂ ਸੀ ਅਤੇ ਕਾਂਗਰਸ ਦੀ ਸਰਕਾਰ ਬਣੀ, 20 ਤੋਂ 15% ਵੋਟਾਂ ਪਈਆਂ। ਨਹੀਂ ਬਣੂਗਾ ਤਾਂ ਹੁਣ ਵੀ ਕੋਈ ਨਾ ਕੋਈ ਐਮ ਪੀ ਤਾਂ ਬਣੂਗਾ ਹੀ, ਸਾਡੇ ਪਿੰਡ ਸਾਰਾ ਵੀ ਵਿਰੋਧ ਕਰਦੇ, ਬਣਨਾ ਤਾਂ ਹੈਗਾ ਹੀ ਹੈ, ਠੀਕ ਹੈ। ਪਰ ਇਹ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਇਹ ਅਗੇਂਸਟ ਜਾਂਦੀ ਹੈ ਗੱਲ ਵੀ, ਇੱਕ ਸਾਰੇ ਪਿੰਡ ਨੇ ਵਿਰੋਧ ਕਰਿਆ ਤਾਂ ਇਹ ਵੀ ਇੱਕ ਮੁੱਦੇ ਦਾ ਹੀ ਹੈ ਵੀ ਸਾਡੇ ਪਿੰਡ ਨਾਲ ਇਹ ਤਾਂ ਹੈ ਨਹੀਂ ਵੀ ਐਮ ਪੀ ਬਣਨਾ ਨਹੀਂ, ਉਹ ਤਾਂ ਬਣ ਹੀ ਜਾਣਾ, ਵੀ ਇਹਨੇ ਕਰਿਆ ਕਿਉਂ, ਇਹਨਾਂ ਦੀ ਕੋਈ ਮੁਸ਼ਕਲ ਹੈ ਹੱਲ? ਹੁਣ ਗਲਤ ਹੈ ਇਸ ਸਰਕਾਰ ਦੇ ਪੈਂਦੀ ਇਹ ਗੱਲ ਵੀ ਇਹਨਾਂ ਤੋਂ ਹੱਲ ਨਹੀਂ ਹੋਈ ਤਾਂ ਹੀ ਕਰੀ ਇਹਨਾਂ ਨੇ, ਅਤੇ ਸਾਡੇ ਪਹਿਲਾਂ ਵਾਲੀਆਂ ਦੋਨਾਂ ਸਰਕਾਰਾਂ ਨੂੰ ਵੀ ਦੇਖ ਲਿਆ। ਹੁਣ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਨਵੇਂ ਬੰਦੇ ਨੂੰ ਮੌਕਾ ਦਈਏ ਅਤੇ ਜੇ ਉਹ ਤੋਂ ਵੀ ਨਾ ਹੱਲ ਹੋਇਆ ਫਿਰ? ਮੈਂ ਤੁਹਾਨੂੰ ਮੇਰੀ ਗੱਲ, ਜੋ ਤੋਂ ਵੀ ਨਾ ਹੱਲ ਹੋਇਆ ਉਹ ਤੋਂ ਵੀ ਨਾ ਹੱਲ ਹੋਇਆ ਉਹਨੂੰ ਜੇ ਪਹਿਲੀ ਗੱਲ ਤਾਂ ਜਿਹੜਾ ਤੁਹਾਡਾ ਮਸਲਾ ਨਾ ਇਹ ਪੰਜਾਬ ਜਿਹੜੀ ਕਿ ਇਹ ਐਮ ਪੀ ਨਹੀਂ ਕੋਈ ਵੀ ਕਰ ਸਕਦਾ, ਇਹ ਪੰਜਾਬ ਜਿਹੜੀ ਸਰਕਾਰ ਆ ਉਹਦੇ ਨਾਲ ਜੁੜਿਆ ਹੋਇਆ ਮਸਲਾ, ਠੀਕ ਹੈ ਨਾ ਗੱਲ। ਜੇ ਐਮ ਪੀ ਆਪਣੇ ਤੌਰ 'ਤੇ ਚਾਹੇ, ਜੇ ਕਰਵਾਉਣਾ ਵੀ ਕੋਈ ਚਾਹੇ ਵੀ ਐਮ ਪੀ ਨੇ ਮਸਲਾ ਹੱਲ ਕਰਾਉਣਾ ਤਾਂ ਹੋ ਵੀ ਸਕਦਾ। ਹੁਣ ਮੈਂ ਕਿਹੜਾ ਕੋਈ ਐਮ ਐਲ ਏ ਆ, ਮੈਂ ਕਿਹੜਾ ਕੋਈ ਮੰਤਰੀ ਹਾਂ, ਮੈਂ ਲੱਖਾਂ ਰੁਪਇਆ ਲੋਕਾਂ ਦਾ ਦਵਾਤਾ ਡਾਂਗ ਦੇ ਸਿਰ 'ਤੇ ਦਵਾਇਆ। ਅਕਾਲੀਆਂ ਵੇਲੇ ਜਿਹੜਾ ਜਮਨੇਜਾ ਸੇਖੋ ਸੀਗਾ ਉਹ ਨਹਿਰੀ ਮੰਤਰੀ ਸੀ, ਉਹ ਤੋਂ ਨਹੀਂ ਹੱਲ ਹੋਇਆ ਜੀ, ਉਹ ਫਿਰ ਇਹ ਹੋਰ ਬੰਦਾ ਕੌਣ ਆ ਕੇ ਕਰਦਾ? ਸੁਣ ਮੇਰੀ ਗੱਲ, ਹੁਣ ਇੱਕ ਵਿਕਲਪ ਤਾਂ ਹੁਣ ਲੈ, ਹੁਣ ਜਿਹੜੀ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਰਾਜਨੀਤਿਕ ਲੀਡਰ ਲੋਕ ਨੇਗੇ ਨਾ, ਜਦਲੀ ਮੈਂ ਤੁਹਾਨੂੰ ਗੱਲ ਕਹੀ 5 ਸਾਲਾਂ ਤੋਂ ਬਾਅਦ ਮੌਕਾ ਨਾ ਦਿਓ, ਰਾਜਨੀਤਿਕ ਲੀਡਰਾਂ ਲੋਕਾਂ ਨੂੰ ਜਿਹੜੀ ਕੁਰਸੀ ਬਹੁਤ ਵੱਡੀ ਪਿਆਰੀ ਹੈ ਕਿ ਇਹਨਾਂ ਦੇ ਵਿੱਚ ਘਰੇ ਕੋਈ ਮਰਜ਼ੀ, ਇਹਨਾਂ ਨੂੰ ਉਸੇ ਦਾ ਦੁੱਖ ਨਹੀਂ ਹੁੰਦਾ, ਪਰ ਇਹਨੂੰ ਕੁਰਸੀ ਹੋ ਜਾਂਦੀ ਉਸੇ ਦਾ ਬਹੁਤ ਦੁੱਖ ਹੁੰਦਾ। ਹੁਣ ਤੂੰ ਫੋਰਨ ਕੰਟਰੀ ਦੀ ਰਾਜਨੀਤੀ ਦੇਖ, ਉਹ ਲੋਕ ਕੀ ਕਰਦੇ ਨੇ, ਉਹ ਲੋਕ 4 ਸਾਲ ਤੋਂ ਵੱਧ ਉੱਥੇ ਵੋਟਾਂ ਪੈਂਦੇ ਨੇ, ਕਈ ਦੱਸਾਂ 4 ਸਾਲਾਂ ਪੈਂਦੇ ਨੇ, ਕਈ ਸਾਲਾਂ ਦੇ 5 ਸਾਲਾਂ ਦੇ ਵੋਟਾਂ ਪੈਂਦੇ, ਪਰ ਉਹ 4 ਸਾਲ ਜਾਂ 5 ਸਾਲ ਤੋਂ ਬਾਅਦ ਅਗਲੀ ਵਾਰ ਉਹ ਲੀਡਰ ਨੂੰ ਮੌਕਾ ਨਹੀਂ ਦਿੰਦੇ। ਸਾਨੂੰ ਇਹ ਚੀਜ਼ ਵੀ ਕਰਨੀ ਪੈਣੀ ਆ ਕਿ ਅਸੀਂ ਵਾਰ ਵਾਰ ਹੀ ਉਹਨਾਂ ਪਾਰਟੀ ਨੂੰ, ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਚੀਜ਼ 'ਤੇ ਵੋਟਾਂ ਮੰਗ ਰਿਹਾ, ਪਤਾ ਕਿਹੜੀ ਚੀਜ਼ 'ਤੇ ਵੋਟਾਂ ਮੰਗ ਰਿਹਾ? ਪਰ ਇਹ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ 'ਤੇ ਪਤਾ ਨਹੀਂ, ਉਹ ਕਹਿੰਦਾ ਵੀ ਮੇਰੇ 13 MP ਜਿਤਾਓ ਵੀ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਫੰਡ ਰੋਕੀ ਖੜੀ ਆ ਸੈਂਟਰ ਗੌਰਮੈਂਟ, ਸਾਡਾ ਸਿੱਖਿਆ ਫੰਡ ਹੋ ਗਿਆ, ਹੋਰ ਜਿਹੜੇ ਵੀ ਪੰਜਾਬ ਦੇ ਫੰਡ ਨੇ, ਜੇ 13 MP ਹੋਣਗੇ ਸਾਡੇ ਕੋਲ ਅਸੀਂ ਉਹ ਫੰਡ ਲੈ ਕੇ ਆਵਾਂਗੇ। ਇਸ ਆਧਾਰ 'ਤੇ ਉਹ ਵੋਟਾਂ ਸਭ ਤੋਂ ਵੱਧ ਮੰਗ ਰਿਹਾ। ਹੁਣ ਜੇ ਉਹਨੂੰ ਕੋਈ ਖੜਾ ਕੇ ਚੌਂਕ ਦੇ ਵਿੱਚ ਇਹ ਸਵਾਲ ਪੁੱਛਣ ਵਾਲਾ ਹੋਵੇ ਵੀ ਜਿਹੜੇ ਤੇਰੇ ਪਹਿਲਾਂ 8 MP ਚੁਣੇ ਹੋਏ ਨੇਗੇ, 92 MLA ਨੇ, 7 ਰਾਜਸਭਾ ਮੈਂਬਰ ਚੁਣੇ, 1 MP ਚੁਣਿਆ ਤੇਰਾ, 8 MP ਚੁਣੇ ਨਾ, ਵੀ ਉਹਨਾਂ ਨੇ ਕਿਹੜਿਆਂ ਨੇ ਜਾ ਕੇ ਪੰਜਾਬ ਦੇ ਇਹ ਫੰਡਾਂ 'ਤੇ ਗੱਲ ਕੀਤੀ, ਕਿਹੜਿਆਂ ਨੇ ਪਾਣੀਆਂ 'ਤੇ ਗੱਲ ਕੀਤੀ, ਕਿਹੜਿਆਂ ਨੇ ਕਿਸਾਨਾਂ ਦੇ ਉੱਪਰ ਜਿਹੜੇ ਹੋਇਆ ਗੋਲੀਆਂ ਦੇ ਉੱਪਰ ਗੱਲ ਕੀਤੀ, ਛੁੱਟੀਆਂ ਦੇ ਉੱਪਰ, ਕਿਹੜਿਆਂ ਨੇ MSP ਦੇ ਗੱਲ ਕੀਤੀ? ਉਹ ਤਾਂ ਮਾਂ ਦੇ ਪੁੱਤ ਕਿਤੇ ਤੇਰੇ ਖੜੇ ਹੀ ਨਹੀਂ, ਉਹ ਤਾਂ ਲੁੱਟ ਕੇ 700-700 ਕਰੋੜ, 800-800 ਕਰੋੜ ਰੁਪਏ ਬਣਾ ਕੇ ਰਾਗੇ ਚੱਡੇ ਵਰਗੇ, ਉਹ ਬੈਠਣੇ ਇੰਗਲੈਂਡ, ਇੱਕ ਭਾਜਪਾ ਦੇ ਵਿੱਚ, ਦੋ ਤਾਂ ਤੇਰੇ ਭਾਜਪਾ ਦੇ ਵਿੱਚ ਵੱਗ ਗਏ, 2-3 ਭਾਜਪਾ ਦੇ ਵਿੱਚ ਰਾਘਵ ਚੱਡੇ ਵਰਗੇ ਹੋਰ ਜਾਣ ਨੂੰ ਤਿਆਰ ਨੇ, ਕੱਲ੍ਹ ਨੂੰ ਤੂੰ ਮੁੱਖ ਮੰਤਰੀ ਨਾਲ ਬਣਾ, ਤੂੰ ਕੱਲ੍ਹ ਨੂੰ ਭਾਜਪਾ ਦੇ ਵਿੱਚ ਵੱਗ ਜਾਏਗਾ। ਪਰ ਮੈਨੂੰ ਐਂ ਲੱਗਦਾ ਵੀ ਜਿਹੜਾ ਇਹ ਪਾਰਲੀਮੈਂਟਰੀ ਸਿਸਟਮ ਹੈ ਇਹਦੇ ਵਿੱਚ ਸਾਡਾ ਭਲਾ ਹੋਣਾ ਹੀ ਨਹੀਂ, ਕਿਉਂਕਿ ਇਹ ਝਾੜੂ ਵਾਲੇ ਹੋ ਗਏ ਜਾਂ ਅਕਾਲੀ ਜਾਂ ਕਾਂਗਰਸ, ਇਹ ਪਾਰਲੀਮੈਂਟਰੀ ਸਿਸਟਮ ਹੈ ਸਾਡਾ। ਇੱਕ ਵਾਰੀ ਅਸੀਂ ਖਾਲਸਾਈ ਪੰਚਾਇਤਾਂ ਇਹਦੇ ਪੈਰਲਲ ਸਿਸਟਮ ਦੇ ਸ਼ੁਰੂ ਕਰਤਾ ਸੀਗਾ, ਜਦੋਂ ਉਸ ਗੱਲ ਦਾ ਵੱਡਾ ਨੋਟਿਸ ਰਾਜੀਵ ਗਾਂਧੀ ਨੇ ਲਿਆ ਸੀ, ਪਿੰਡਾਂ 'ਚ ਉਹਨੇ ਪੰਚਾਇਤਾਂ ਨੂੰ ਉਦੋਂ ਵੱਧ ਅਧਿਕਾਰ ਦਿੱਤੇ ਵੀ ਇਹ ਸਿੱਖ ਆਪਣਾ ਸਿਸਟਮ ਨਾ ਖੜਾ ਕਰ ਲੈਣ, ਇਹਦੇ ਪੈਰਲਰ ਸਿਸਟਮ। ਮੈਨੂੰ ਲੱਗਦਾ ਵੀ ਜਿਹੜਾ ਇਹ ਪਾਰਲੀਮੈਂਟਰੀ ਸਿਸਟਮ ਹੈ ਪਿੱਛੇ ਤੋਂ ਚੱਲਦਾ, ਇਹਦੇ ਵਿੱਚ ਸਾਡਾ ਭਲਾ ਹੋਣਾ ਨਹੀਂ। ਹੁਣ ਅਗਲਾ ਤੇਰਾ ਸਵਾਲ ਆ ਗਿਆ, ਤੇਰਾ ਸਵਾਲ ਦਾ ਜਵਾਬ ਵੀ ਲੈ, ਜਿਹੜਾ ਤੂੰ ਇਹ ਗੱਲ ਕਿਹਾ ਬਿਲਕੁਲ ਨਹੀਂ ਇਸ ਗੱਲ 'ਚ ਭਲਾ ਹੋਣਾ। ਇੱਕ ਤਾਂ ਤੈਨੂੰ ਮੈਂ ਇਹ ਹੱਲ ਦੱਸਿਆ ਵੀ ਆਪਾਂ ਨੂੰ ਲੀਡਰ ਬਦਲੀਏ ਅਤੇ ਇੱਕ ਲੀਡਰ ਨੂੰ ਸਵਾਲ ਕਰੀਏ, ਇੱਕ ਤਾਂ ਹੱਲ ਇਹ ਹੈਗਾ ਜਿਹੜਾ ਤੀਰੇ ਵਾਲਾ ਗੱਲ ਇਹ ਆ। ਹੁਣ ਫਰਜ਼ ਕਰ ਆਪਾਂ ਜਿਹੜੇ ਲੋਕ ਕਹਿੰਦੇ ਹਾਂ ਵੀ ਸਾਨੂੰ ਸਾਡੇ ਉੱਪਰ ਝੂਠੇ ਪਰਚੇ ਪਾਏ ਜਾ ਰਹੇ ਨੇ, ਸਾਡੇ ਉੱਪਰ ਕਿਸਾਨਾਂ ਉੱਪਰ ਗੋਲੀਆਂ ਸਿੱਟੀਆਂ, ਸਾਡੇ ਕੋਲ ਪਰੇ ਸਿੱਟੇ ਗਏ, ਪਰ ਇੱਕ ਚੀਜ਼ ਦੇਖ ਵੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਚੁਣੀ ਹੋਈ ਸਰਕਾਰ ਆ, ਉਹ ਚੁਣੀ ਹੋਈ ਸਰਕਾਰ ਸਾਡੇ ਹੱਕ ਦੇ ਵਿੱਚ ਨਹੀਂ ਖੜ ਰਹੀ। ਲੋਕ ਇੰਨਾ ਜਲਦੀ ਸੰਤੋਖ ਇਸ ਚੀਜ਼ ਤੋਂ ਨਹੀਂ ਜਾਗ ਸਕਦੇ, ਲੋਕਾਂ ਨੂੰ ਇੰਨਾ ਜਲਦੀ ਨਹੀਂ ਪਤਾ ਲੱਗਦਾ ਕਿ ਅਸੀਂ
ਇਸ ਤਰ੍ਹਾਂ ਇਸ ਪ੍ਰਕਾਰ ਨਾਲ ਅਸੀਂ ਜਥੇਬੰਦ ਹੋ ਜਾਈਏ।